ਧੂਰੀ ਤੋਂ ਕਾਂਗਰਸ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ਵੱਲੋਂ ਸ਼ਹਿਰ ਵਿੱਚ ਨੰਗੇ ਪੈਰ ਚੋਣ ਪ੍ਰਚਾਰ ਕਰਕੇ ਲੋਕਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਹਨ। ਦਲਬੀਰ ਸਿੰਘ ਗੋਲਡੀ ਦਾ ਕਹਿਣਾ ਹੈ ਕਿ ਭਗਵੰਤ ਮਾਨ ਜੋ ਮਰਜ਼ੀ ਕਹਿੰਦੇ ਰਹਿਣ ਪਰ ਧੂਰੀ ਹਲਕੇ ਦੇ ਲੋਕਾਂ ਲਈ ਉਹਨਾਂ ਦੇ ਮਨ ਵਿੱਚ ਸ਼ਰਧਾ ਹੈ, ਜਿਸ ਦੇ ਚਲਦੇ ਉਹ ਨੰਗੇ ਪੈਰ ਜਾ ਕੇ ਵੋਟਾਂ ਮੰਗ ਰਹੇ ਹਨ। ਉਹਨਾਂ ਨਾਲ ਹੀ ਭਗਵੰਤ ਮਾਨ ਨੂੰ ਡਿਬੇਟ ਦਾ ਚੈਲੰਜ ਦਿੰਦੇ ਹੋਏ ਕਿਹਾ ਕਿ ਜੇਕਰ ਭਗਵੰਤ ਮਾਨ ਨੇ ਧੂਰੀ ਹਲਕੇ ਵਿੱਚ ਕੋਈ ਵਿਕਾਸ ਦੇ ਕੰਮ ਕਰਵਾਏ ਹਨ ਤਾਂ ਧੂਰੀ ਦੇ ਕ੍ਰਾਂਤੀ ਚੌਂਕ ਵਿੱਚ ਆ ਕੇ ਉਹਨਾਂ ਨਾਲ ਡਿਬੇਟ ਕਰ ਸਕਦੇ ਹਨ। ਹਾਂਜੀ, ਤੇ ਮੈਨੂੰ ਉਹਨਾਂ ਦੇ ਕਮੈਂਟ ਚ ਨਾ ਆਪਦੇ ਆਪ ਨੂੰ ਬੜੀ ਪੋਜ਼ਿਟਿਵਿਟੀ ਮਿਲੀ। ਕਿਉਂ ਪੋਜ਼ਿਟਿਵਿਟੀ ਮਿਲੀ? ਉਹ ਆਪਦੇ ਆਪ ਨੂੰ ਖੁਦ ਦੱਸ ਗਏ ਕਿ ਉਹ ਬਾਹਰਲੇ ਹਲਕੇ ਤੋਂ ਆਏ ਹੋਏ ਨੇ। ਉਹਨਾਂ ਨੇ ਹਰ ਇੱਕ ਵੀਡੀਓ ਚ ਕਿਹਾ ਵੀ ਤੁਹਾਡੇ ਵਾਲਾ ਨੰਗੇ ਪੈਰੀ ਫਿਰਦਾ। ਧੂਰੀ ਵਾਲਿਆਂ ਨੂੰ ਉਹਨਾਂ ਨੇ ਕਿਹਾ ਵੀ ਤੁਹਾਡੇ ਵਾਲਾ, ਆਪਦੇ ਆਪ ਨੂੰ ਉਹ ਬਾਹਰਲਾ ਸਮਝਦੇ ਨੇ। ਤੇ ਮੈਂ ਬਿਲਕੁਲ ਆਪਦੇ ਲੋਕਾਂ ਚ, ਮੇਰੇ ਮਾਤਾ ਪਿਤਾ ਨੇ, ਸਾਡੇ ਗੁਰੂ ਸਾਹਿਬਾਨ ਨੇ ਇਹ ਸਿਖਾਇਆ ਹੋਇਆ ਕਿ ਜਦੋਂ ਵੀ ਕੁਛ ਕਿਸੇ ਤੋਂ ਮੰਗਣਾ, ਕੋਈ ਆਸ਼ੀਰਵਾਦ ਲੈਣਾ, ਤਾਂ ਉਹਦਾ ਸਤਿਕਾਰ ਨੰਗੇ ਪੈਰੀ ਹੋਣਾ ਚਾਹੀਦਾ। ਤੇ ਇਹ ਧੂਰੀ ਦੀ ਜਨਤਾ, ਧੂਰੀ ਦੇ ਲੋਕ ਜਿੱਥੇ ਸੰਗਤ ਵੱਸਦੀ ਆ, ਉਹ ਸੰਗਤ ਚ ਪਰਮਾਤਮਾ ਦਾ ਵਾਸਾ ਹੁੰਦਾ। ਸੋ ਮੈਂ ਉਹਨਾਂ ਕੋਲ ਨੰਗੇ ਪੈਰੀ ਉਸ ਦਿਨ ਵੀ ਆਸ਼ੀਰਵਾਦ ਪ੍ਰਾਪਤ ਕਰਿਆ ਤੇ ਅੱਜ ਵੀ ਆਸ਼ੀਰਵਾਦ ਪ੍ਰਾਪਤ ਕਰਿਆ। ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਉਹਦਾ ਭੁਲੇਖਾ ਕੱਢਣਾ ਚਾਹੁੰਦਾ ਵੀ ਉਹ ਜੇ ਤਾਂ ਬਹੁਤ ਇਲੈਕਸ਼ਨ ਲੜ ਗਏ ਤੇ ਗਾਹਾਂ ਵੀ ਲੜਨਗੇ, ਉਹਦਾ ਮੈਨੂੰ ਕੋਈ ਵਹਿਮ ਨਹੀਂ। ਮੈਂ ਤਾਂ ਆਪਦੇ ਲੋਕਾਂ ਦਾ ਸਤਿਕਾਰ ਕਰ ਰਿਹਾ ਜਿਹੜੇ ਨੰਗੇ ਪੈਰੀ ਤੁਰਦੇ ਹਾਂ ਜੀ। ਇਹ ਤਾਂ ਜੀ ਬਿਮਾਰ ਤਾਂ ਮੈਨੂੰ ਲੱਗਦਾ ਉਹ ਹੋਊਗਾ, ਕਾਰ ਚ ਉਤਰਦੇ ਨੀ ਹੈਗਾ ਤੇ ਸਨਰੂਫ ਖੋਲ ਕੇ ਉੱਤੋਂ ਦੀ ਬਾਏ ਬਾਏ ਕਰ ਦਿੰਦਾ। ਪਰ ਤੁਸੀਂ ਦੇਖਿਓ ਉਹਦੇ ਜਿਹੜੇ ਜਿਹਨਾਂ ਨੂੰ ਭਮੱਕੜ ਕਹਿੰਦੇ ਹੁੰਦੇ ਨੇ, ਕਹਿੰਦੇ ਸਾਡੇ ਭਮੱਕੜ, ਉਹਨਾਂ ਦੇ ਭਮੱਕੜ ਕਹਿੰਦੇ ਜੀ ਇਕੱਲੇ ਕਾਗਜ਼ ਭਰਜੋ 51,000 ਤੇ ਜਿੱਤਾਂਗੇ। ਅੱਜ ਤੁਸੀਂ ਦੇਖ ਲਓ, ਅੱਜ ਮੈਨੂੰ ਲੱਗਦਾ ਪਿਛਲੇ 4 ਦਿਨਾਂ ਚ ਤੀਜਾ ਗੇੜਾ ਚੱਲ ਰਿਹਾ ਉਹਨਾਂ ਦਾ ਲਗਾਤਾਰ ਪਿੰਡਾਂ ਚ। ਠੀਕ ਹੈ ਨਾ, ਇਹ ਚੀਜ਼ ਤੋਂ ਸਮਝ ਆਉਂਦੀ ਆ ਵੀ ਕਿੰਨੀ ਕੁ ਗਰਾਊਂਡ ਰਿਐਲਿਟੀ ਤੇ ਕਿੰਨੀ ਕੁ ਸੱਚਾਈ ਆ। ਨੰਬਰ ਸੈਕਿੰਡ, ਹਾਂ, ਇੱਕ ਬਹੁਤ ਹੀ ਮੰਦਭਾਗੀ ਜਿਹੜੀ ਗੱਲ ਆ ਉਹ ਇਹ ਆ ਕਿ ਪਲਾਸੌਰ ਜਿਹੜਾ ਪਿੰਡ ਆ ਉੱਥੇ ਦੇ ਇੱਕ ਬਜ਼ੁਰਗ, 70 ਸਾਲ ਦੇ ਬਜ਼ੁਰਗ ਨੇ ਉਹ ਮੈਨੂੰ ਲੱਗਦਾ ਪੋਤੇ ਦੋਹਤਿਆਂ ਵਾਲੇ ਹੋਣਗੇ। ਤੇ ਉਹਨਾਂ ਨੇ ਇੱਕ ਵੀਡੀਓ ਅਸੀਂ ਨੇ ਅੱਜ ਜਾਰੀ ਕਰੀ ਆ। ਉਹਨਾਂ ਨੇ ਕਿਹਾ ਕਿ ਗੋਲਡੀ ਦੀ ਬਹੂ ਜਿੱਥੇ ਜਾਂਦੀ ਸੀ ਅਸੀਂ ਉਹਦੇ ਮਗਰ ਕਾਰ ਲਾ ਲੈਂਦੇ ਸੀ, ਉਹਦੇ ਮਗਰ ਅਸੀਂ ਗੀਤ ਲਾਉਂਦੇ ਸੀ, ਠੀਕ ਹੈ ਨਾ, ਤੇ ਉਹਨੂੰ ਪੂਰਾ ਤੰਗ ਪਰੇਸ਼ਾਨ ਕਰਦੇ ਸੀ। ਤੇ ਫਿਰ ਜਿਸ ਦਿਨ ਭਗਵੰਤ ਮਾਨ ਪਿੰਡ ਆਇਆ ਤੇ ਉਹਨਾਂ ਨੇ ਉਹੀ ਬਜ਼ੁਰਗ ਨੂੰ ਸੱਦ ਕੇ ਸਟੇਜ ਤੇ ਸਨਮਾਨ ਕਰਿਆ। ਤੁਸੀਂ ਦੱਸੋ ਵੀ ਆਪਾਂ ਕਹਿੰਦੇ ਹਾਂ ਵੀ ਲੇਡੀਜ਼ ਨੂੰ ਬਰਾਬਰ ਦਾ ਹੱਕ ਮਿਲਣਾ ਚਾਹੀਦਾ, ਮੈਂ ਆਪਦੀ ਵਾਈਫ ਨੂੰ ਪੂਰਾ ਬਰਾਬਰ ਦਾ ਹੱਕ ਦਿੰਦਾ, ਤੇ ਅੱਜ ਉਹ ਜੇ ਪਿੰਡਾਂ 'ਚ ਜਾ ਕੇ ਵੋਟ ਮੰਗਦੀ ਆ ਤੇ ਝਾੜੂ ਵਾਲਿਆਂ ਦੀ ਮਾਨਸਿਕਤਾ ਦੇਖਦੀ ਆ ਵੀ ਉਹ ਕਿਵੇਂ ਲੇਡੀਜ਼ ਨੂੰ ਤੰਗ ਪਰੇਸ਼ਾਨ ਕਰਨਗੇ। ਤੇ ਤੁਸੀਂ ਦੇਖਿਓ ਖਾਸ ਤੌਰ ਤੇ ਹਰ ਸਾਰੇ ਬੰਦੇ ਮੀਡੀਆ ਦੇਖ ਰਹੇ ਨੇ, ਇਹਨਾਂ ਨੇ ਜਿਹੜੇ ਪੇਡ ਬੰਦੇ ਆਪਦੇ ਨਾਲ ਭਰਤੀ ਕਰੇ ਹੋਏ ਨੇ ਉਹ ਇੰਨੀਆਂ ਗਾਲਾਂ ਲਿਖਦੇ ਨੇ, ਇੰਨੀ ਮਾੜੀ ਸ਼ਬਦਾਵਲੀ ਵਰਤਦੇ ਨੇ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਭਰਾਵੋ, ਪੰਜਾਬ ਦਾ ਸੱਭਿਆਚਾਰ, ਪੰਜਾਬ ਦੇ ਰਿਸ਼ਤੇ ਇਹ ਖਤਮ ਨਾ ਕਰੋ। ਮੈਂ ਓਪਨਲੀ ਚੈਲੰਜ ਕਰ ਰਿਹਾ ਸਾਰੇ ਚੈਨਲਾਂ ਦੇ ਥਰੂ, ਇੱਥੇ ਦੂਰੋਂ ਦੂਰੋਂ ਗੱਲ ਕਰਨ ਦਾ ਕੀ ਫਾਇਦਾ? ਧੂਰੀ ਦਾ ਕ੍ਰਾਂਤੀ ਚੌਂਕ ਸਾਰਿਆਂ ਨੂੰ ਪਤਾ, ਆਪਦੇ ਕੀਤੇ ਹੋਏ ਕੰਮ ਲੈ ਕੇ ਆਵੋ ਤੇ ਮੈਂ ਆਪਦੇ ਕੀਤੇ ਹੋਏ ਕੰਮ ਲੈ ਕੇ ਆਊ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਜੂ, ਤੇ ਨਾਲੇ ਪਿੰਡਾਂ ਦੇ ਮੋਟਰਾਂ ਦੇ ਕੋਠਿਆਂ ਤੇ ਕਿਉਂ ਲਿਖਾਉਣੇ ਹੋ ਵੀ ਇੱਕ ਮੌਕਾ ਕੇਜਰੀਵਾਲ ਨੂੰ? ਸੰਗਰੂਰ ਦੇ ਲੋਕਾਂ ਨੇ 2 ਮੌਕੇ ਦਿੱਤੇ, 1 2014 ਚ, 1 2019 ਚ, ਕੀ ਕਰਿਆ? ਅੱਜ ਤੋਂ ਅੱਜ ਤੁਸੀਂ ਦਿੱਲੀ ਦੇ ਮਾਡਲ ਤੇ ਵੋਟਾਂ ਮੰਗਦੇ ਹੋ, ਕਿਉਂ ਨੀ 2 ਮੌਕਿਆਂ ਦੇ ਵਿੱਚ ਤੁਸੀਂ ਸੰਗਰੂਰ ਦੇ ਮਾਡਲ ਤੇ ਵੋਟਾਂ ਮੰਗਦੇ? ਇੱਕ ਵੀ ਕਾਲਜ ਦਿਖਾਓ ਜਿਹਨੂੰ ਗ੍ਰਾਂਟ ਭਗਵੰਤ ਮਾਨ ਨੇ ਦਿੱਤੀ ਹੋਵੇ ਪਿਛਲੇ 8 ਸਾਲਾਂ ਚ। ਇੱਕ ਵੀ ਸਟੇਡੀਅਮ ਦਿਖਾਓ ਜਿੱਥੇ ਗ੍ਰਾਂਟ ਦਿੱਤੀ ਹੋਵੇ ਭਗਵੰਤ ਮਾਨ ਨੇ। ਕੋਈ ਸੜਕ ਦਿਖਾ ਦਿਓ, ਕੋਈ ਪੁਲ ਦਿਖਾ ਦਿਓ, ਕੋਈ ਮੇਰੀ ਮਾਤਾ ਬਜ਼ੁਰਗ ਨੂੰ ਪੈਨਸ਼ਨ ਲੱਗੀ ਹੋਈ ਦਿਖਾ ਦਿਓ। ਇਹ ਸਾਰੀਆਂ ਜਿਹੜੀਆਂ ਹਵਾਈ ਗੱਲਾਂ ਨੇ, ਲੋਕ ਬਹੁਤ ਜਾਗਰੂਕ ਹੋ ਚੁੱਕੇ ਨੇ। ਸੋ ਇਹਨਾਂ ਦੀਆਂ ਗੱਲਾਂ ਨੂੰ ਹਰ ਇੱਕ ਨੂੰ ਪਤਾ ਵੀ ਇਹ ਕਿਹੋ ਜਿਹੀਆਂ ਗੱਲਾਂ ਕਰਦੇ ਨੇ। ਤੇ ਮੈਂ ਓਪਨਲੀ ਚੈਲੰਜ ਕਰਦਾ, ਡਰਦੇ ਕਿਉਂ ਨੇ ਮੇਰੀ ਡਿਬੇਟ ਤੋਂ? ਮੇਰੀ ਡਿਬੇਟ ਤੋਂ ਡਰਦੇ ਕਿਉਂ ਨੇ? ਕਿਉਂ ਭੱਜ ਰਹੇ ਨੇ? ਜੇ ਕੰਮ ਕਰਾਏ ਹੋਣ ਤਾਂ ਫਿਰ ਉਰੇ ਖੜ ਕੇ ਜਵਾਬ ਦੇਣ। RTI ਰਾਹੀਂ ਮੈਂ ਸਾਰੇ ਮੀਡੀਆ ਚੈਨਲਸ ਦੇ ਉੱਪਰ ਕਹਿ ਰਿਹਾ, RTI ਰਾਹੀਂ ਤੁਸੀਂ ਪਤਾ ਕਰੋ ਵੀ ਇਹਨਾਂ ਨੇ ਕਿੰਨੇ ਪੈਸੇ ਖਰਚੇ ਨੇ। ਠੀਕ ਹੈ,
ਤੁਸੀਂ ਆਪਦੇ ਆਪ ਹੀ ਦੇਖ ਸਕਦੇ ਹੋ, ਜਦੋਂ ਕਰੋਨਾ ਹੋਇਆ ਸੀ ਕਦੇ ਕਿਸੇ ਦੇ ਦੁੱਖ ਸੁੱਖ ਤੇ ਆਇਆ ਹੋਵੇ। ਇਹਨਾਂ ਦਾ ਇੱਕ ਬਹੁਤ ਹੀ ਇੱਥੇ ਦਾ ਵਲੰਟੀਅਰ ਮੁੰਡਾ ਜਿਹੜਾ ਐਕਸੀਡੈਂਟ 'ਚ ਮੌਤ ਹੋ ਗਈ ਉਹਦੇ ਭੁਗਤੇ ਵੀ ਨਹੀਂ ਆ ਸਕੇ, ਤਾਂ ਮੈਂ ਕਹਿ ਰਿਹਾ ਵੀ ਇਹ ਕਿਰਾਏਦਾਰ ਨੇ, ਇਹ 20 ਦਿਨਾਂ ਲਈ ਆਏ ਹੋਏ ਨੇ, 20 ਦਿਨਾਂ ਬਾਅਦ ਧੂਰੀ ਵਾਲਿਆਂ ਨੂੰ ਕਿਸੇ ਨੂੰ ਇਹਨਾਂ ਨੂੰ ਦੇਖਣਾ ਨਹੀਂ। ਇੱਕ ਮੇਰਾ ਸਵਾਲ, ਜੇ ਧੂਰੀ ਨੂੰ ਸੱਚੇ ਤਰੀਕੇ ਨਾਲ ਪਿਆਰ ਕਰਦੇ ਨੇ ਤਾਂ ਲੋਕ ਸਭਾ ਤੋਂ ਅਸਤੀਫਾ ਦੇ ਕੇ ਕਿਉਂ ਨਹੀਂ ਆਉਂਦੇ ਬਈ? ਲੋਕ ਸਭਾ ਤੋਂ ਅਸਤੀਫਾ ਦੇ ਕੇ ਕਿਉਂ ਨਹੀਂ ਆਉਂਦੇ? ਕਿਉਂਕਿ ਮਨ 'ਚ ਡਰ ਆ ਵੀ MLA ਤਾਂ ਮੈਂ ਹਾਰ ਜਾਣਾ, ਮੇਰੇ ਕੋਲ ਲੋਕ ਸਭਾ ਰਹਿ ਜੂਗੀ, ਉਹ ਤਾਂ ਮੈਂ ਆਪਦੇ ਕੋਲੇ ਰੱਖਾਂ। ਜੇ ਐਡੀ ਦਲੇਰ ਹੋਣ ਤਾਂ ਦੋਨੇ, ਜੇ ਪੰਜਾਬ ਦਾ ਉਹ ਕਹਿੰਦੇ ਨੇ ਸੰਭਾਵੀ ਅਸੀਂ CM ਕੈਂਡੀਡੇਟ ਇਹ ਅਨਾਊਂਸ ਕਰਿਆ, ਤੇ ਫਿਰ ਲੋਕ ਸਭਾ ਤੋਂ ਅਸਤੀਫਾ ਕਿਉਂ ਨਹੀਂ ਦਿੰਦਾ? ਕਿਉਂ ਜਿਮਣੀ ਚੋਣ ਦਾ ਬੋਝ ਜਿਹੜਾ ਲੋਕਾਂ ਦੇ ਮੋਢਿਆਂ ਤੇ ਪਾਉਣਾ? ਇਹ ਸਾਰੀਆਂ ਚੀਜ਼ਾਂ ਤੋਂ ਲੋਕ ਬੜੇ ਅਵੇਅਰ ਨੇ, ਲੋਕਾਂ ਨੂੰ ਸਭ ਕੁਛ ਪਤਾ, ਤੇ ਮੈਂ ਇੱਕ ਵਾਰ ਨਹੀਂ, ਮੈਂ ਨੰਗੇ ਪੈਰ 100 ਵਾਰ ਆਊਂਗਾ। ਤੇ ਜਿਹੜੀ ਤੂੰ ਡੰਡੌਤ ਦੀ ਗੱਲ ਕਰੀ ਹੈ ਨਾ, ਡੰਡੌਤ ਦੀ, ਸਾਡੇ ਹਿੰਦੂ ਧਰਮ 'ਚ ਕਿਸ ਤੋਂ ਪੁੱਛ ਕੇ ਦੇਖਿਓ ਡੰਡੌਤ ਦੀ ਮਹੱਤਤਾ ਕੀ ਆ? ਤੂੰ ਤਾਂ ਨਾਸਤਿਕ ਬੰਦਾ, ਤੈਨੂੰ ਨਹੀਂ ਪਤਾ ਹੋਣਾ ਡੰਡੌਤ ਕੀ ਚੀਜ਼ ਹੁੰਦੀ ਆ। ਸਾਡੇ ਹਿੰਦੂ ਧਰਮ ਵਾਲਿਆਂ ਤੋਂ ਪੁੱਛ ਕੇ ਦੇਖਿਓ ਕਿਸ ਕਿਹੜੀ ਭਗਤੀ ਨੂੰ ਆਪਦੇ ਗੁਰੂ ਮਹਾਰਾਜ ਕੋਲ ਅਸੀਂ ਭਗਤੀ ਕਰਨ ਜਾਂਦੇ ਹਾਂ। ਤੇ ਜੇ ਮੇਰੇ ਲੋਕ ਕਹਿਣਗੇ ਵੀ ਤੂੰ ਡੰਡੌਤ ਕਰਕੇ ਆ, ਤੇ ਇਹ ਧੂਰੀ ਦਾ ਪੁੱਤ ਕਦੇ ਮਗਰ ਨਹੀਂ ਹਟੂਗਾ, ਡੰਡੌਤ ਕਰਦਾ ਵੀ ਉਹਨਾਂ ਕੋਲੇ ਜਾਊਂਗਾ, ਕਿਉਂਕਿ ਇੱਕ ਸਧਾਰਨ ਪਰਿਵਾਰ ਦੇ ਮੁੰਡੇ ਨੂੰ, ਇੱਕ ਗਰਾਊਂਡ ਰਿਐਲਿਟੀ ਦੇ ਮੁੰਡੇ ਨੂੰ ਚੱਕ ਕੇ ਜਿਹੜੇ ਲੋਕਾਂ ਨੇ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਤੇ ਬਿਠਾਇਆ, ਤੇ ਮੇਰੇ ਲਈ ਤਾਂ ਉਹ ਰੱਬ ਤੋਂ ਘੱਟ ਨਹੀਂ ਹੈਗੇ, ਤੇ ਮੈਂ ਉਹਨਾਂ ਦਾ ਦਰਜਾ ਰੱਬ ਦੇ ਬਰਾਬਰ ਹੀ ਮੰਨਦਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ।